कि आज देश कह रहा है फिर एक बार और मुझे जिन लोगों से बहुत कुछ सीखने को मिला उसमें एक बादल साहब है जिनकी उंगली पकड़ कर मैं आगे आया। ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ 19 ਮਈ ਨੂੰ ਹੋਣ ਜਾ ਰਹੀਆਂ ਹਨ ਤੇ ਪ੍ਰਚਾਰ ਪੂਰੇ ਜ਼ੋਰਾਂ ਸ਼ੋਰਾਂ ਤੇ ਵੱਖ ਵੱਖ ਪਾਰਟੀਆਂ ਵੱਲੋਂ ਕੀਤਾ ਜਾ ਰਿਹਾ ਹੈ। ਅੱਜ ਹੁਸ਼ਿਆਰਪੁਰ ਦੇ ਰੋਸ਼ਨ ਗਰਾਊਂਡ ਵਿਖੇ ਭਾਜਪਾ ਦੀ ਵੱਡੀ ਰੈਲੀ ਹੋਈ ਜਿਸ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿਰਕਤ ਕੀਤੀ। ਹਲਕਾ ਫਗਵਾੜਾ ਤੋਂ ਵੀ ਰੈਲੀ ਵਿੱਚ ਬਹੁਤ ਵੱਡਾ ਕਾਫਲਾ ਗਿਆ। ਲੋਕਾਂ ਵਿੱਚ ਨਰਿੰਦਰ ਮੋਦੀ ਦੇ ਵਿਚਾਰ ਸੁਣਨ ਦਾ ਬਹੁਤ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ, ਜਿੱਥੇ ਵੱਡੀ ਗਿਣਤੀ ਵਿੱਚ ਮਰਦ, ਔਰਤਾਂ, ਨੌਜਵਾਨਾਂ ਤੇ ਬਜ਼ੁਰਗਾਂ ਨੇ ਹਾਜ਼ਰੀ ਭਰੀ ਅਤੇ ਲੋਕਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਚਾਰ ਸੁਣੇ। ਰੈਲੀ ਨੂੰ ਸੰਬੋਧਨ ਕਰਦੇ ਹੋਏ ਹਲਕਾ ਹੁਸ਼ਿਆਰਪੁਰ ਦੇ ਉਮੀਦਵਾਰ ਸੋਮ ਪ੍ਰਕਾਸ਼ ਨੇ ਲੋਕਾਂ ਨੂੰ ਭਾਜਪਾ ਦੀਆਂ ਨੀਤੀਆਂ ਬਾਰੇ ਦੱਸਿਆ। ਉਹਨਾਂ ਕਿਹਾ ਕਿ ਨਰਿੰਦਰ ਮੋਦੀ ਨੇ ਦੇਸ਼ ਦਾ ਮਾਨ ਸਨਮਾਨ ਤੇ ਗੌਰਵ ਵਧਾਇਆ ਤੇ ਵਿਕਾਸ ਨੂੰ ਜਾਰੀ ਰੱਖਣ ਲਈ 19 ਮਈ ਨੂੰ ਕਮਲ ਦੇ ਫੁੱਲ ਤੇ ਮੋਰ ਲਗਾ ਕੇ ਵੋਟ ਪਾਓ ਤੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਓ। ਤੁਸੀਂ ਜੱਜ ਬਣ ਕੇ ਫੈਸਲਾ ਕਰਨਾ ਕਿ ਦੇਸ਼ ਦੀ ਤਕਦੀਰ ਕੌਣ ਸੰਭਾਲੇਗਾ, ਦੇਸ਼ ਦਾ ਰਾਜਪਾਲ ਕੌਣ ਸੰਭਾਲੇਗਾ, ਤੁਹਾਡੀ ਕਿਤੇ ਵੀ ਤੇ ਫੈਸਲਾ ਹੋਣਾ। ਇਹ ਫੈਸਲਾ ਕਰਦਿਆਂ ਤੁਸੀਂ ਦੇਖਣਾ ਇੰਡੀਆ ਅਚੀਵਮੈਂਟ ਵੱਲੋਂ ਮੋਦੀ ਸਾਹਿਬ ਦੀਆਂ ਰਚੀਆਂ। ਇਹ ਪਹਿਲੀ ਵਾਰ ਹੈ ਕਿ ਦੇਸ਼ ਦਾ ਗੌਰਵ, ਦੇਸ਼ ਦਾ ਮਾਣ, ਦੇਸ਼ ਦੀ ਇੱਜ਼ਤ ਸਾਰੀ ਦੁਨੀਆਂ ਬਣੀ ਹੈ ਔਰ ਦੁਨੀਆਂ ਦਾ ਸਭ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਕਾਂਗਰਸ ਧੋਖੇਬਾਜ਼ ਤੇ ਝੂਠੀ ਹੈ। ਉਹਨਾਂ ਕੈਪਟਨ ਤੇ ਤੰਜ ਕਰਦਿਆਂ ਕਿਹਾ ਕਿ ਕੈਪਟਨ ਨੇ ਗੁਟਕਾ ਸਾਹਿਬ ਦੀ ਝੂਠੀ ਸੌਂਹ ਖਾਧੀ ਤੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਪੰਜਾਬ ਦੀ ਕਾਂਗਰਸ ਧੋਖੇਬਾਜ਼, ਝੂਠੀ, ਮਹਿਲਾ ਫੁੱਕਣ ਵਾਲੀ, ਅਮਰਿੰਦਰ ਨੇ ਗੁਟਕੇ ਤੇ ਹੱਥ ਲਾ ਕੇ ਕਿਹਾ ਸੀ ਕਿ ਹਰ ਪੰਜਾਬੀ ਬੱਚੇ ਨੂੰ ਹਰ ਖਾਂਦੇ ਬੱਚੇ ਨੂੰ ਮੈਂ ਨੌਕਰੀ ਦਿਆਂਗਾ, ਸਾਰਾ ਕਰਜ਼ਾ ਮਾਫ ਕਰ ਦਿਆਂਗਾ। ਇਸ ਤਰ੍ਹਾਂ ਆ ਨਸ਼ਾ ਬੰਦ ਕਰਜ਼ਾ ਹੋਰ ਸੀ ਇਹਨਾਂ ਕਹਿਣੀ ਮੈਂ ਉਹਦੀ ਜਿਹਦਾ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਨਰਿੰਦਰ ਮੋਦੀ ਤੋਂ ਮੰਗ ਕਰਦੇ ਹੋਏ ਕਿਹਾ ਕਿ ਸੜਕਾਂ ਤੇ ਰੇਲ ਗੱਡੀਆਂ ਘੱਟ ਬਣਾ ਲਿਓ ਪਰ ਗਰੀਬਾਂ ਦਾ ਇਲਾਜ ਮੁਫਤ ਕਰਵਾ ਦਿਓ ਅਤੇ ਉਹਨਾਂ ਕਿਹਾ ਕਿ ਪੰਜਾਬ ਦੀਆਂ 13 ਦੀਆਂ 13 ਸੀਟਾਂ ਅਸੀਂ ਜਿੱਤਾਂਗੇ। ਉਹਦੇ ਪੈਸੇ ਵਿੱਚ ਹੈ ਕਿ 80% ਜੋ ਮੌਤਾਂ ਹੁੰਦੀਆਂ ਉਹ ਗਰੀਬ ਵਰਗ ਦੇ ਲੋਕਾਂ ਦੀਆਂ ਹੁੰਦੀਆਂ ਕਿਉਂਕਿ ਨਾ ਤਾਂ ਉਹਨਾਂ ਦਾ ਰਹਿਣ ਸਹਿਣ ਨਾ ਉਹਨਾਂ ਦਾ ਇਲਾਜ ਹੈ ਪੂਰਾ
ਦੇਸ਼ ਦੇ ਹੱਦ ਭਾਵੇਂ ਨਹੀਂ ਕਹਿ ਸਕਦੇ ਇਲੈਕਸ਼ਨ ਦੀ ਜ਼ਰੂਰਤ ਹੈ, ਪਰ ਜੇ ਇਹ ਕਰਦੇ ਹੋ ਕਿ ਗਰੀਬਾਂ ਦਾ ਸਾਥ ਕਰਕੇ ਕੈਂਸਰ ਦਾ ਇਲਾਜ ਜਿਹੜਾ ਹੈ ਉਹ ਵੱਡੀ ਪੱਧਰ ਤੇ ਸਾਰੇ ਗਰੀਬਾਂ ਨੂੰ ਮੁਫ਼ਤ ਹੋਏਗਾ ਤੇ ਹੋਰ ਬਿਮਾਰੀਆਂ ਦਾ ਮੁਫ਼ਤ ਹੋਏਗਾ। ਇਹ ਇੱਕ ਬਹੁਤ ਅਹਿਮ ਚੀਜ਼ ਹੈ। ਭਾਵੇਂ ਸੜਕਾਂ ਘੱਟ ਬਣਾ ਲਓ, ਭਾਵੇਂ ਰੇਲਾਂ ਘੱਟ ਕਰ ਲਓ, ਪਰ ਗਰੀਬ ਦਾ ਇਲਾਜ ਭਾਕੇ ਦਾ ਇਲਾਜ ਜਿਹੜਾ ਹੈ ਉਹ ਮੁਫ਼ਤ ਕਰ ਦਿਓ। ਕੀ ਤੁਹਾਨੂੰ ਕਰਦਾ ਸੀ ਸ੍ਰੀ ਮੋਦੀ ਜੀ, ਤੁਸੀਂ ਫਿਕਰ ਨਾ ਕਰੋ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਜੋ ਦੇਸ਼ ਲਈ ਸਖਤ ਫੈਸਲੇ ਲਏ ਹਨ ਉਹ ਕਦੇ ਵੀ ਕਿਸੇ ਸਰਕਾਰ ਨੇ ਨਹੀਂ ਲਏ। ਹੁਸ਼ਿਆਰਪੁਰ ਦੀ ਇਸ ਧਰਤੀ ਤੇ ਆਏ ਹੋਏ ਸਾਰੇ ਹੀ ਭੈਣੋ ਅਤੇ ਭਰਾਓ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। जो पहले कभी कोई सोच भी नहीं सकता था, यही कारण है कि आज देश कह रहा है फिर एक बार आतंकवाद के खिलाफ भारत ने जो शक्ति दिखाई है उसके लिए फिर एक बार तेज गति से गरीबी कम होने का जो अभियान चला है उसे जारी रखने के लिए फिर एक बार किसानों के हितों में जो काम हुए हैं ਮੋਦੀ ਨੇ ਕਿਹਾ ਕਿ ਪੰਜਾਬ 1984 ਦੇ ਦੰਗਿਆਂ ਨੂੰ ਭੁੱਲ ਸਕਦਾ ਹੈ। ਉਹਨਾਂ ਕਿਹਾ ਕਿ ਦੰਗਿਆਂ ਦਾ ਮੁੱਖ ਜ਼ਿੰਮੇਵਾਰ ਕਾਂਗਰਸ ਸਰਕਾਰ ਹੈ, ਜਦਕਿ ਭਾਜਪਾ ਨੇ ਸਿੱਖਾਂ ਦੇ ਕਾਤਲਾਂ ਨੂੰ ਜੇਲ੍ਹ ਵਿੱਚ ਸੁੱਟਿਆ ਹੈ। क्या हिंदुस्तान भूल सकता है? 1984 में जो कुछ भी हुआ उसके लिए कौन जिम्मेदार है? साथियों, 3 दशक तक सिर्फ बहाने बनाकर, आयोग बनाकर दंगा पीड़ित मेरे सिख भाई बहनों के साथ अन्याय किया गया। उनके गांव पर कभी नमक छिटका तो कभी ऐसी छिटकने का पाप किया। लेकिन अब कांग्रेस का चरित्र सामने आ गया। कल कांग्रेस ने कह दिया है कि 1984 में जो दंगा हुआ, सिखों का कत्लेआम हुआ, हजारों परिवारों को उजाड़ दिया, सिख भाई बहनों को जिंदा जला दिया। कल कांग्रेस ने कहा, क्या कहा? हुआ तो हुआ, क्या ऐसी कांग्रेस को माफ करेगा पंजाब? क्या ऐसी कांग्रेस पंजाब में रह सकती है? हुआ तो हुआ, मैं जाने कितने सिखों को टायर डाल डाल करके चला दिया गया, उनके परिवार को तबाह कर दिया गया। लेकिन कांग्रेस कह रही है हुआ तो हुआ, यही कांग्रेस का न्याय। हमने धूल फांक रही भाइयों को ढूंढ ढूंढ के निकाला। मुझे संतोष है जिनको पछाने के लिए नामदारों ने एड़ी चोटी का जोर लगा दिया था उनको आज इस चौकीदार ने जेल पहुंचा दिया।
नरेंद्र मोदी ने सरदार प्रकाश सिंह बादल दा रैली विच आउण ते धन्नवाद कीता। उन्हां कहा कि मैं प्रकाश सिंह बादल दी उंगल फड़ के चलदा रहा, आखिर विच आए हुए लोकां नूं 19 तरीक नूं भाजपा ते श्रोमणी अकाली दे हक विच वोटां पाउण दी अपील कीती। मैं विशेष रूप से बादल साहब का आभार व्यक्त करना चाहता हूं। कभी बताते नहीं हो उनकी उम्र क्या है, जन्मदिन मनाते हैं फिर भी नहीं बताते, लेकिन इस आयु में हमें आशीर्वाद देने के लिए उनका आना, हम पर इतना प्यार करना, और मेरा तो सौभाग्य रहा है, मैं जब संगठन का काम करता था यहां प्रभारी के नाते, तो मुझे जिन लोगों से बहुत कुछ सीखने को मिला उसमें एक बादल साहब है जिनकी उंगली पकड़ करके मैं आगे आया। तो मैं आज उनको विशेष रूप से प्रणाम करता हूं जिन्होंने आए और हम सब को आशीर्वाद दिए। भाई बहनों, 19 तारीख को मतदान है, देश मजबूत बनाना है तो चुनाव में पूरी बूथ भी मजबूत बनाना पड़ेगा, घर घर जाना पड़ेगा, लोगों को कमल का फूल जहां है वहां कमल का फूल, जहां तराजू है वहां तराजू समझाना पड़ेगा, और कमल के फूल पे बटन दबाना है, जहां तराजू है वहां तराजू पे बटन दबाना है, बटन तराजू पर दबेगा बटन कमल पे दबेगा, लेकिन ये सारे फूल और सारे तराजू के वो मोदी के खाते में। आखिर विच हलका हुशियारपुर के उम्मीदवार सोम प्रकाश ने रैली नूं सफल बनाने लई समूह लीडरां ते वर्करां दा धन्नवाद कीता। अज हुशियारपुर के राशन ग्राउंड विच प्रधानमंत्री नरेंद्र भाई मोदी जी ने एक वड्डी चोण रैली नूं संबोधन किया, जिस विच हजारां दी गिणती विच वख-वख हलकिआं तों लोक आए और बेमिसाल इकट्ठ इत्थे होया, जिन्हें लोग अंदर से तो कई गुणा बाहर लोग अड़ीते और बहुत वधिया भाषण देश की एकता अखंडता की राखी थी, अभी देश के विकास लिए उन्होंने एक वड्डा सुनेहा दिता और लोगों ने बहुत वधिया रिस्पोंड किया। एक बार प्रण लिया कि इस बार फिर दोबारा मोदी की सरकार बना के देश की राखी लिए देश की एकता में हिस्सा पावे और विकास सुनिश्चित करांगे। मैं सारे जिहड़े लोग इत्थे आए उन्होंने सारे का धन्यवादी हाँ, जिन्हें इत्थे आके रौनक बधाया तो भाषण जी हिस्सा लिया। साहित्य के सिर्फ खबरां जानने दे लई नहीं, सभ्याचारक प्रोग्राम, खास मुलाकात विच सोशल इशू, पॉलिटिकल इशू, इन्हां सारे इशूज नूं जानने दे लई सब्सक्राइब करो अपना यूट्यूब चैनल सांझ टीवी।